تفاضل الله أيضاً بيني وبينكم ومن الله يسمع ويتمسك بسم الله الرحمن الرحيم. اللهم اكتب لوليك الحجة بن الحسن عليه السلام صلواتك عليه وعلى آبائك في هذه الساعة وفي كل ساعة وليا وحافظا وقائدا وناصرا ودليلا معينا حتى تسكنه ارضك طوعا وتمتعهم فيها طويلا. يا رب صل على محمد وآل محمد اجل فرج آل محمد اللهم اجل وليك الفرج چوڑائی دی قبولیت واسطے باواز بلند صلوات سارا سر بلندی مذہب حقا نامودی منافقی واسطے بابا دے بلند صلوات سارے میرے باہر میں آقا دی آمد و سلام دی دے بابا دے بلند صلوات سارے نعرہ تکبیر ماشاءاللہ کافی اب آپ تشریف فرماؤ بالکل مختصر دے وقت وچ میں کافی گا اگے گا تو کافی چٹیاں پڑھ لی تو بالکل مختصر دی حاضری تھوڑی توجہ دا مطالعہ بنا رہے تکبیر نعرہ رسالت نعرہ حیدری حسینیت یزیدیت جناب سیدات قاتلہ دلانت ابن زیاد کمینے دلانت شہدائے ملت جعفریہ قاتلان دلانت ٹورائی دی قبولیت واسطے کعبہ آواز بلند صلوات عزت جناب زہرا اللہ قافلے وچ
ਅੱਲਾਹ ਤੁਹਾਡੀ ਹਾਈ ਕਬੂਲ ਕਰੇ। ਗੱਲ ਤਾਂ ਕਰਕੇ ਕਰ ਚੁੱਕੀ ਹੈ, ਮਾਨੀ ਹੈ ਮਜਲ ਸੁਣਨ ਦੀ ਅਸੀਂ ਇਹਦੇ ਨਾਲ ਬਿਲਕੁਲ ਮੁਕਤਸਰ ਜੇ ਵਕਤ ਦੇ ਵਿੱਚ ਗੱਲ ਮੈਂ ਬੜੀ ਵੱਡੀ ਗੱਲ ਵੀ ਸ਼ੱਕ ਕੀਤੀ ਹੈ, ਸ਼ਾਇਦ ਮੈਂ ਸਮਝਾ ਨਹੀਂ ਸਕਦਿਆਂ ਆਪਣੀ ਕੋਤਾਹੀ ਸਮਝੇਗਾ। ਇੱਕ ਮੈਂ ਨਹੀਂ ਜ਼ਖਮੀ ਇਸ ਕਾਫਲੇ ਵਿੱਚ, ਨਹੀਂ ਇੱਕ ਵਾਰੀ ਵੱਧ ਮੈਂ ਤਾਂ ਕਿ ਬੰਦੇ ਪਹੁੰਚ ਵੰਜਣ, ਮੈਂ ਬਿਲਕੁਲ ਮੁਕਤਸਰ ਕਰਦਾ। ਇੱਕ ਮੈਂ ਨਹੀਂ ਬਾਤ ਸਮਝਾਈ ਬਾਈ, ਬੰਦੇ ਆਉਂਦੇ ਰਹਿ ਸਨ ਅਤੇ ਜਾਂਦੇ ਰਹਿ ਸਨ, ਮਜਲਿਸ ਵਿੱਚ ਉਹ ਬੈਠਾ ਹੈ ਜਿਹੜਾ 40 ਸਾਲ ਰਾਤ ਨੂੰ ਬੰਦ। ਅੱਲਾਹ ਤੁਹਾਡੀ ਹਾਲ ਕਬੂਲ ਕਰੇ। ਇੱਕ ਮੈਂ ਨਹੀਂ ਜ਼ਖਮੀ, ਕਰੋ ਸਵਾਲ ਨਦੀਮ ਅਬਾਸ ਕੌਣ ਪਿਆ ਤੇ ਕਿਹੜੇ ਮਕਾਮ ਦੇ ਪਿਆ ਤੇ, ਦੁਆ ਮੰਗੀ ਕਰੋ ਇਨਸ਼ਾਅੱਲਾ ਪੁੱਤਰ ਦੇ ਨਾਲ ਮਾਂ ਕੈਦ ਨਾ ਹੋਵੇ, ਭੈਣ ਦੇ ਨਾਲ ਦਿਰਾ ਕੈਦ ਨਾ ਹੋਵੇ। ਅਲਹਮਦੁਲਿਲਾ ਅਲਹਮਦੁਲਿਲਾ, ਅੱਲਾਹ ਤੁਹਾਡਾ ਮਾਤ ਜੀ ਬਿਸਮਿਲਾ, ਪੁੱਤਰਾਂ ਦਾ ਮਾਵਾਂ ਦੇ ਨਾਲ, ਬਜ਼ੁਰਗ ਧੀਆਂ ਦਾ ਪਿਆਵਾਂ ਦੇ ਨਾਲ, ਧੀਆਂ ਤੇ ਜਿਤਨੀ ਔਖੀ ਬਣ, ਧੀਆਂ ਤੇ ਦੁੱਖਾਂ ਦੇ ਨਾਲ, ਨਾ ਉਹ ਬਿਨਾਵਾਂ ਦੱਸਦੀਆਂ। ਜਿਹੜੇ ਬੰਦੇ ਇਸ ਜ਼ਿਹਨ ਦੇ ਨਾਲ ਆਏ ਹੋ ਕਿ ਅੱਜ ਨਾਵਾਂ ਤੇ ਨੇ ਰੋਕਈਆ ਸਹਿਣ ਦੇ ਵਾਹਨ ਖੁੱਲ੍ਹੇ ਹੋਏ ਸਰ ਜਾ, ਉਹਨਾਂ ਤੋਂ ਮੈਂ ਗੱਲ ਸਮਝਾਉਣਾ ਚਾਹੁੰਦਾ। ਬੈਂਕ ਦੇ ਅੰਦਰ ਪੁੱਤਰਾਂ ਦਾ ਮਾਵਾਂ ਦੇ ਨਾਲ, ਧੀਆਂ ਦਾ ਪਿਆਵਾਂ ਦੇ ਨਾਲ, ਧੀਆਂ ਤੇ ਜੈਤੀ ਔਖੇ ਬਣੇ, ਬਿਨਾਵਾਂ ਨਹੀਂ ਦੱਸਣੀਆਂ, ਮਾਨ ਨਹੀਂ ਦੱਸੇ ਆਦੀਆਂ ਜਦਾਂ ਮੇਰਾ ਬਾਬਾ ਉਸੀ ਮੈਂ ਬਾਬੇ ਡਰੇ ਸਾਂ, ਹੁਸੈਨ ਦਾ ਸਰ ਜਨਾਬੇ ਸਕੀਨਾ ਦੇ ਜੋ ਵਿਚਾਇਆ ਹੈ। ਅੱਲਾਹ ਤੁਹਾਡੀ ਹਾਈ ਕਬੂਲ ਕਰੇ, ਕਿਆ ਬਾਤ ਹੈ ਵਿੱਚ ਕਵਾ ਲਾ ਲਿਓ। ਜਿਹੜੇ ਵੇਲੇ ਸਰ ਆਇਆ ਹੈ ਗਰੀਬ ਦੀਆਂ ਅੱਖਾਂ ਖੁੱਲੀਆਂ, ਬੀਬੀਆਂ ਦੀ ਅੱਖਾਂ ਮੈਂ ਸਮੇਂ ਦਾਵੇ ਆਜ ਮੈਂ ਸਮਾਵਾਂ। ਅੱਲਾਹ ਤੁਹਾਡਾ ਮਾਤਮ ਹਾਈ ਕਬੂਲ ਕਰੇ, ਗਰੀਬ ਦੀਆਂ ਅੱਖਾਂ ਖੁੱਲੀਆਂ, ਦੀਦ ਜ਼ਖਮੀ ਸਰ ਨਜ਼ਰ ਆਇਆ ਹੈ, ਰੁਖਸਾਰ ਨਜ਼ਰ ਆਏ ਮੇਰੀ ਆਲੀ ਹਸੈਨ, ਬਾਬੇ ਵਾਲੇ ਪਾਸੇ ਡੇਕ ਪਈ ਆਦੀ ਹੈ। ਇੱਕ ਮੈਂ ਨਹੀਂ ਜ਼ਖਮੀ ਇਸ ਕਾਫਲ ਵਿੱਚ, ਕੋਲ ਜ਼ਖਮੀ ਪਰਦਾ ਦਾਰੇ ਬੀਬੀ ਆਦੀ ਹੈ, ਇੰਨਾ ਸ਼ਾਮ ਦੀਆਂ ਵਸਦੀਆਂ ਸ਼ਾਮ ਦੀਆਂ ਵਸਦੀਆਂ, ਔਰ ਤਨੇ ਸਨ ਪੱਥਰ ਬਾਦਾਰੇ ਚ ਮਾਰੇ ਨਾ, ਬੀਬੀ ਪਿਆ ਦੀ ਸਾਰ ਜ਼ਖਮੀ ਨੇ ਕੁੱਲ ਬੀਬੀਆਂ ਦੇ ਮੁਕਾਬਣਾ ਚਾਹੁੰਦਾ।
12ਵੇਂ ਇਮਾਮ ਦੋਸੀ ਜ਼ਹੂਰ ਬੈਤੁੱਲਾ ਦੀ ਛੱਤ ਤੇ ਆਸੀ ਪਾਣੀ ਦੀ ਜਾ ਤੇ ਰੱਤ ਖੜਾ ਰਹਿੰਦਾ ਸੀ ਤੇ ਸ਼ਾਮ ਵਾਲੇ ਪਾਸੇ ਅਲਮਾ ਤੇ ਮੇਰਾ ਹੱਥ ਹੈ ਸ਼ਾਮ ਵਾਲੇ ਪਾਸੇ ਰੂਹ ਕਰਕੇ ਉੱਚਾ ਬੈਣ ਕਰਕੇ ਬਾਰਵਾ ਇਮਾਮ ਆਸੀ ਨਹੀਂ ਭੁੱਲਦਾ ਤੈਂਡਿਆਂ ਕੰਨਾਂ ਚੋਂ ਰੱਤ ਦਾ ਵਹਾਣਾ ਵਾਹ ਭਾਈ ਵਾਹ ਚਰਵਾਲ ਵਾਲੇ ਉਹ ਹੱਕ ਅਦਾ ਕਰ ਚੋ ਅੱਲਾ ਚੱਚੀ ਮੈਂ ਲੱਕ ਵਾਲੀ ਆਦਾ ਨਹੀਂ ਭੁੱਲਦਾ ਤੇਰੇ ਜ਼ਖਮੀ ਕੰਨਾਂ ਚੋਂ ਰੱਤ ਦਾ ਵਹਾਣਾ ਜਵਾਨਾਂ ਯਾਦ ਰੱਖੇ ਜ਼ਿੰਦਾ ਦੇ ਸ਼ਾਮ ਦੇ ਵਿੱਚ ਔਖੀਆਂ ਸਾਰੀਆਂ ਬੀਬੀਆਂ ਤੇ ਮੇਰੀ ਆਲੀ ਹਸੈਨ ਦੇ ਡੋਰੀ ਰੱਸੀ ਆਈ ਆ ਤੇ ਹੱਥ ਮੇਰੀ ਸਹਿਣ ਦੇ ਚ ਬੱਧੇ ਹੋਇਆ ਮਰ ਵੰਜਾ ਮੌਕਾ ਮੈਂ ਨਾ ਬਣਾ ਜਦੋਂ ਬੀਬੀ ਆਖਿਆ ਨਾ ਅੰਮਾ ਮੈਂ ਬਾਬਾ ਮਿਲਾ ਬਿਨਾ ਮੈਂ ਬਾਬੇ ਤੇ ਇੱਕ ਸਵਾਲ ਕਰਨਾ ਹੈ ਬਾਬਾ ਤੇਰੇ ਬਾਅਦ ਮੈਂ ਮੁਸਲਮਾਨਾ ਬੜਾ ਮਾਰਿਆ ਅਲਹਮਦੁਲਿਲਾ ਅੱਲਾ ਮਾਤਮ ਕਬੂਲ ਕਰੇ ਜਵਾਨਾਂ ਬਸ ਹੋਰ ਮੁਕਤਸਰ ਕਿਵੇਂ ਕਰਾਂ ਇਮਾਮ ਦਾ ਸਾਰਾ ਹੈ ਇੱਕ ਕਮੀਨਾ ਜਿਹੜਾ ਹੈ ਨਾ ਅਬਦੁੱਲਾ ਦਮਿਸ਼ਕੀ ਮੌਲਾ ਸਜਾਦ ਨੇ ਮੁਖਾਤਬ ਹੋ ਕੇ ਅਲੇ ਸਜਾਦ ਇਹ ਸਰ ਜਿਹੜੇ ਨਾ ਤੂੰ ਲਈ ਤਾਂ ਰਹਿੰਦੇ ਕਿਉਂ ਲਈ ਰਹਿੰਦੇ ਫਰਮਾਇਆ ਮੇਰੀ ਭੈਣ ਰੋਂਦੀ ਪਈ ਹੈ ਇਹ ਕਮੀਨਾ ਤੇ ਵੱਧ ਨਾ ਰੋ ਸੀ ਸੈਯਦ ਮਾਤਮ ਜ਼ਰੂਰ ਕਰੇ ਸੈਯਦ ਵੈਣ ਕਰਕੇ ਆਦੇ ਵਾਧਾ ਕਰੇ ਨਾ ਵੱਧ ਨਾ ਹੋ ਸੀ ਨਾ ਰੋ ਸੀ ਵਾਹ ਭਾਈ ਵਾਹ ਵਾਹ ਭਾਈ ਵਾਹ ਚਕਵਾਲ ਅੱਲਾ ਤੁਹਾਡੀ ਇਬਾਦਤ ਕਬੂਲ ਕਰੇ ਇਹ ਕਮੀਨਾ ਦੇ ਇਸ ਸ਼ਰਤ ਤੇ ਮੈਂ ਸਿਰ ਦੇਣਾ ਇਸ ਨੂੰ ਫਕਤ ਹੁਸੈਨ ਦੀਆਂ ਧੀਆਂ ਹੱਥ ਲਾਵਣ ਹੁਸੈਨ ਦੀਆਂ ਭੈਣਾਂ ਹੱਥ ਨਾ ਲਾਵਣ ਜਿਹੜੇ ਵੇਲੇ ਸਾਰਾ ਇਹ ਤੇ ਇਮਾਮ ਪੇ ਫਰਮਾਇਆ ਬਾਕਰ ਬਚੜਾ ਜੀ ਬਾਬਾ ਇੱਕ ਵਾਰੀ ਸਰ ਤੋਂ ਕੱਪੜਾ ਚਾਨਣਾ ਮੈਂ ਵੇਖਾਂ ਤਾਂ ਸਹੀ ਜਿਹੜਾ ਜਿਬਰੀਲ ਦੇ ਪਰਾਂ ਦੇ ਸਮਦਾ ਹਾਂ ਸੱਜੇ ਪਾਸੇ ਅਕਬਰ ਦਾ ਖੂਨ ਖੱਬੇ ਪਾਸੇ ਅਮੀਰ ਕਾਸਮ ਦਾ ਖੂਨ ਜਿਹੜਾ ਮੋਗਾਣੀ ਬਣ ਕੇ ਨਦੀਮ ਅਬਾਸ ਦੀ ਉਸ ਨਾਲ ਗੱਲ ਹੈ ਆਪ ਰੂਹ ਕੱਟੇ ਹੋਏ ਨੇ ਪਰੇਸ਼ਾਨੀ ਤੀਰ ਦਾ ਨਿਸ਼ਾਨ ਹੈ ਸਜਾਦ ਫਰਮਾਉਂਦੇ ਨੇ ਅੱਲਾ ਦੇ ਨਾਮ ਤੇ ਦਸ ਮਦੀਨੇ ਅੱਲਾ ਹੁਸੈਨ ਦੋਏ ਸੈਯਦਾ ਦੇ ਅੱਖਾਂ ਕੋ ਕਫਨ